ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਦਾ ਹੋਇਆ ਕਤਲ। ਗੰਦੇ ਨਾਲੇ ਕੋਲ ਮਿਲੀ ਕਿਸਾਨ ਦੀ ਲਾਸ਼। ਦੱਸਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਕਿਸਾਨ ਖੇਤਾਂ ਦੇ ਵਿੱਚ ਪਾਣੀ ਲਾਉਣ ਜਾਂਦਾ ਪਰ ਉਸਦਾ ਭੇਤ ਭਰੇ ਹਾਲਾਤਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਜਦ ਭਰਪੂਰ ਸਿੰਘ ਘਰ ਵਾਪਸ ਨਹੀਂ ਆਉਂਦਾ ਤਾਂ ਪਰਿਵਾਰ ਵਾਲੇ ਉਸ ਨੂੰ ਦੇਖਣ ਆਉਂਦੇ ਨੇ ਤਾਂ ਗੰਦੇ ਨਾਲੇ ਦੇ ਨਜ਼ਦੀਕ ਉਸਦੀ ਲਾਸ਼ ਬਰਾਮਦ ਹੁੰਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਅੱਗੇ ਭਿਜਵਾ ਦਿੰਦੀ ਹੈ। ਦੱਸ ਦਈਏ ਕਿ ਮਾਮਲਾ ਰਾਜਪੁਰਾ ਦਾ, ਜਿੱਥੇ ਭਰਪੂਰ ਸਿੰਘ ਖੇਤਾਂ ਨੂੰ ਪਾਣੀ ਲਾਉਣ ਜਾ ਰਿਹਾ ਹੁੰਦਾ ਹੈ ਤਾਂ ਉਸਦੇ ਸਰੀਰ 'ਤੇ ਕਈ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਇਸ 'ਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਕਾਫ਼ੀ ਸਮਾਂ ਬੀਤ ਜਾਂਦਾ ਤਾਂ ਸਾਨੂੰ ਸ਼ੱਕ ਹੁੰਦਾ ਅਤੇ ਭਰਪੂਰ ਸਿੰਘ ਆਪਣਾ ਫੋਨ ਵੀ ਘਰ ਹੀ ਰੱਖ ਗਿਆ ਸੀ ਤਾਂ ਉਸਨੂੰ ਲੱਭਣ ਦੇ ਲਈ ਜਾਂਦੇ ਨੇ ਤਾਂ ਜਿੱਥੇ ਉਸਦੀ ਲਾਸ਼ ਮਿਲਦੀ ਹੈ ਅਤੇ ਆਸੇ ਪਾਸੇ ਖੂਨ ਹੀ ਖੂਨ ਹੁੰਦਾ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ। ਅਸੀਂ ਇਹ ਮੁੰਡਾ ਮੇਰਾ ਭਤੀਜਾ ਸੀਗਾ ਜੀ। ਕੀ ਨਾਂ ਸੀ? ਭਰਪੂਰ ਸਿੰਘ ਨਾਂ ਸੀਗਾ ਜੀ। ਫਾਦਰ ਦਾ ਨਾਮ ਮਹਿੰਦਰ ਸੀ। ਇਹ ਸਵੇਰੇ ਜੀ ਆਪਣਾ ਬੰਦੇ 'ਤੇ ਇੰਜਨ ਰੱਖਿਆ ਹੋਇਆ ਸੀਗਾ ਜੀ। ਘਰ ਤੋਂ 6:30 ਵਜੇ ਉਹਨੂੰ ਚਲਾਉਣ ਆਇਆ ਜੀ। ਅਤੇ ਉਸ ਤੋਂ ਬਾਅਦ ਜਦੋਂ ਇਹ ਘਰ ਨਹੀਂ ਮੁੜਿਆ 8:30 ਤੱਕ, ਤਾਂ ਇਹਦੇ ਫਾਦਰ ਸਾਹਿਬ ਪਿੰਡ ਦੇ ਇੱਕ ਮੁੰਡੇ ਨੂੰ ਲੈ ਕੇ ਇਹਨੂੰ ਦੇਖਣ ਆਏ ਜੀ। ਮੋਬਾਇਲ ਇਹਦੇ ਕੋਲ ਨਹੀਂ ਸੀਗਾ ਜੀ ਤਾਂ ਦੇਖਣ ਆ ਗਏ ਵੀ ਉਹਦੀ ਮੁੜਿਆ ਜੀ। ਤਾਂ ਜਦੋਂ ਪਿੰਡ ਦੇ ਮੁੰਡੇ ਨੇ ਨਾਲ ਆ ਕੇ ਇਹਦੇ ਫਾਦਰ ਸਾਹਿਬ ਨੇ ਦੇਖਿਆ ਤਾਂ ਇੱਥੇ ਇਹਦੀ ਡੈੱਡ ਬੋਡੀ ਸੀ। ਜਗ੍ਹਾ ਜਗ੍ਹਾ 'ਤੇ ਬਹੁਤ ਜ਼ਿਆਦਾ ਖੂਨ ਖਿਲਰਿਆ ਹੋਇਆ ਸੀਗਾ ਜੀ, ਵੀ ਕੋਈ ਸ਼ਾਰਪ ਚੀਜ਼ ਇਹਦੇ ਪੱਟ ਦੇ ਉੱਤੇ ਵੱਜੀ ਹੋਈ ਸੀ। ਜਦੋਂ ਪੁਲਿਸ ਵਾਲਿਆਂ ਨੇ ਕੱਪੜੇ ਤਰਵਾ ਕੇ ਦੇਖੇ ਜੀ, ਅਤੇ ਇਸ ਤੋਂ ਬਾਅਦ ਬਾਕੀ ਪੁਲਿਸ ਇਨਕੁਆਇਰੀ ਕਰ ਰਹੀ ਹੈ ਜੀ। ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਹਦਾ ਕਿਸੇ ਨਾਲ ਕੋਈ ਝਗੜਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਲਾਗ ਡਾਟ ਨਹੀਂ ਸੀ। ਹਸਮੁੱਖ ਮੁੰਡਾ ਸੀਗਾ ਜੀ, ਮਿਲਣਸਾਰ ਸੀਗਾ ਜੀ, ਪਰਿਵਾਰ ਨਾਲ ਬਹੁਤ ਮਾੜਾ ਵਕਤ ਹੈ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਉਮਰ ਇਹਦੀ ਤਕਰੀਬਨ 40-42 ਸਾਲ ਦਾ ਸੀ। ਬੱਚੇ ਇੱਕ ਮੁੰਡਾ ਜੀ, ਇਹਦੇ ਕੋਲ ਸਕੂਲ ਵੈਨ ਚਲਾਉਂਦਾ ਜੀ, ਮਿਹਨਤੀ ਪਰਿਵਾਰ ਸੀਗਾ ਜੀ, ਘਰਦਿਆਂ ਦਾ ਸਹਾਰਾ ਸੀਗਾ ਜੀ, ਬਹੁਤ ਘਾਟਾ ਪਿਆ ਘਰਦਿਆਂ ਦੇ। ਕੀ ਮੰਗ ਕਰਦੇ ਸਰਕਾਰ ਤੋਂ ਸਰ? ਦੇਖੋ ਜੀ, ਇਸਦੇ ਉੱਪਰ ਜਲਦ ਤੋਂ ਜਲਦ ਕਾਰਵਾਈ ਹੋ ਕੇ ਜਿਹਨਾਂ ਦੋਸ਼ੀਆਂ ਨੇ ਇਹ ਕੰਮ ਕਰਿਆ ਉਹਨਾਂ ਦੇ ਖਿਲਾਫ਼ ਹਰ ਤਰ੍ਹਾਂ ਜਿਵੇਂ ਸੰਭਵ ਹੋਵੇ ਕਾਨੂੰਨੀ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੀ, ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਇੱਕ ਸਸਪੈਕਟਿਡ ਮਰਡਰ ਦਾ ਕੇਸ ਹੈ ਜੀ। ਇਹਦੇ 'ਚ ਭਰਪੂਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੋਗਲਾਂ ਦੀ ਮੌਤ ਹੋਈ ਹੈ। ਉਹ ਇੱਥੇ ਪਾਣੀ ਲਾਉਣ ਆਏ ਸੀ ਸਵੇਰੇ, ਅਤੇ ਹੁਣ ਉਹਨਾਂ ਦੀ ਲਾਸ਼ ਇੱਥੇ ਪਈ ਹੈ। ਅਸੀਂ ਲਾਸ਼ ਦਾ ਮੁਆਇਨਾ ਕੀਤਾ ਅਤੇ ਸੱਟਾਂ ਲੱਗੀਆਂ ਹੋਈਆਂ ਨੇ, ਅਤੇ ਘਰ ਵਾਲਿਆਂ ਨੂੰ ਸ਼ੱਕ ਹੈ ਕਿ ਮਰਡਰ ਦਾ ਕੇਸ ਹੈ, ਅਤੇ ਉਹ ਤਫਤੀਸ਼ ਚੱਲ ਰਹੀ ਹੈ ਜੀ। ਜੋ ਕਾਰਵਾਈ ਹੋਏਗੀ ਆਪਦੇ ਨਾਲ ਚ ਲੈਣੀ ਹੈ। ਕੀ ਕਾਰਵਾਈ ਕੀ ਕੀਤੀ? ਪਰਚਾ ਕਿਹਦੇ ਸ਼ਿਕਾਇਤ ਕਰਿਆ ਸਰ? ਇਹਦੇ ਚਾਚੇ ਦੇ ਲੜਕੇ ਦੇ ਬਿਆਨ 'ਤੇ ਪਰਚਾ ਦਰਜ ਕਰ ਰਹੇ ਹਾਂ ਜੀ। ਅਤੇ ਦੋਨੇ ਪਾਣੀ ਲਾਉਣ ਆਏ ਸੀ, ਉਹ ਖੇਤਾਂ 'ਚ ਗਿਆ ਸੀ, ਇਹਨੇ ਇੱਥੇ ਆ ਕੇ ਪਾਣੀ ਛੱਡਣਾ ਸੀ, ਇੱਥੇ ਇਹਦੇ ਸਰਟੀਫਿਕੇਟ ਲੱਗੀ ਹੈ ਕੋਈ, ਉਹਦੇ ਕਾਰਨ ਇਹਦੀ ਮੌਤ ਹੋਈ ਹੈ। ਇਹਦਾ ਪੋਸਟਮਾਰਟਮ ਕਰਾਇਆ ਜਾਏਗਾ, ਪਰਚਾ ਦਰਜ ਕਰ ਰਹੇ ਹਾਂ ਜੀ। ਬਾਕੀ ਕਾਰਵਾਈ ਕੀਤੀ ਜਾਏਗੀ, ਜੋ ਦੋਸ਼ੀ ਹੋਣਗੇ ਲੱਭੇ ਜਾਣਗੇ।